1 रुपए किलोमीटर के हिसाब नाल ये गड्डी पै जाएगी जी अप्रोक्सीमेटली। चार्ज करते हैं जी सिंपली 6.5 घंटे के गड्डी 0 to 100% चार्ज हो जाएगी। कोई टेंशन नहीं, तेल है नहीं है, तेल मिल रहा नहीं मिल रहा, पेट्रोल पंप बंद है, तो कोई टेंशन नहीं जी, तुम अपना चार्ज करो तो गड्डी चलाओ। किलोमीटर 40 किलोमीटर थोड़ी डेली चलनी है गड्डी, तुम 10 दिन गड्डी चार्ज करने की लोड़ नहीं, तुम 10 दिन बाद जाके चार्ज करोगे तो भी तुम्हारी गड्डी आराम नाल 1 हफ्ता 10 दिन आराम नाल चलेगी जी, कोई दिक्कत नहीं। सत श्री अकाल, तुसीं देख रहे हो तो सिटी हेडलाइन, मैं नेहा मलिक थोड़ा स्वागत करती हाँ। अज असीं पहुंचे महिंद्रा दे शोरूम जिते अज एक गड्डी लॉन्च हुई है, आपां पुछांगे वह कितना दी गड्डी है ते की उहदे फायदे ने ते की उहदे बेनीफिट्स ने, ते आपां सुनील शर्मा जी नाल गलबात करते हाँ ते पुछदे हाँ कि गड्डी विच की स्पैशल चीज़ है जो बाकियां गड्डियों नालों ये अलग आ। तो साढ़े नाल सुनील शर्मा जी मौजूद ने, आपां उन्हां नाल गलबात करांगे ते पुछांगे अज जिहड़ी गड्डी आ महिंद्रा वल्लों लॉन्च की गई है कि उहदी गलबात आ, की खास आ, की बेनीफिचर ने, तो आप उन्होंने गलबात करांगे तो थोनू भी दसांगे। सत श्री अकाल। सत श्री अकाल जी, किवें हो? वधिया जी, फर्स्ट क्लास। सर गड्डी लॉन्च हुई है, सब तो पहले इहदा नाम की है? इहदा नाम हैगा जी XUV 400 इलैक्ट्रिक व्हीकल जी। ये महिंद्रा तो लॉन्च किया गया अज दादा मोटर लुधियाना दे विच जी, ते ये हुण कस्टमर से डिपेंड है कि आंदे आ देखदे आ किदां लाइक करदे ने गड्डी नूं, ਅਸੀਂ ਆਪਣੇ ਵੱਲੋਂ ਬੈਸਟ ਆਪਣਾ ਦਿੱਤਾ ਹੈ ਗੱਡੀ ਦੇ ਵਿੱਚ ਜੀ। ਤੇ ਇਹਦੇ ਵਿੱਚ ਸਪੈਸ਼ਲ ਕੀ ਹੈ ਬਾਕੀ ਗੱਡੀਆਂ ਨਾਲੋਂ? ਦੇਖੋ ਇਹਦੇ ਵਿੱਚ ਇਲੈਕਟ੍ਰਿਕ ਵਹੀਕਲ ਹੈਗਾ ਜਿਹੜਾ, ਇਹਦੀ ਸਭ ਤੋਂ ਮੇਨ ਚੀਜ਼ ਹੈਗੀ ਹੈ ਜੀ ਉਹ ਹੈਗੀ ਹੈ ਜੀ ਕਿਲੋਮੀਟਰ ਕਵਰੇਜ। ਇਹ ਅਗਰ ਇੱਕ ਵਾਰੀ ਤੁਸੀਂ 100% ਚਾਰਜ ਕਰ ਲੈਂਦੇ ਹੋ ਗੱਡੀ ਨੂੰ ਤੇ ਇਹ ਤੁਹਾਡੀ 456 ਕਿਲੋਮੀਟਰ ਚੱਲੇਗੀ, ਤੇ ਈਜ਼ੀਲੀ ਘਰੇ ਹੀ ਤੁਹਾਡੀ ਰੀਚਾਰਜ ਹੋ ਜਾਏਗੀ ਜੋ ਤੁਸੀਂ ਚਾਰਜਰ ਨੂੰ ਕਰਨਾ ਚਾਹੁੰਦੇ ਹੋ। ਅਤੇ ਮੈਂਟੇਨੈਂਸ ਇਹਦੇ ਵਿੱਚ ਬਿਲਕੁਲ ਨਾ ਦੇ ਬਰਾਬਰ ਹੈ, ਜਿਸ ਤਰ੍ਹਾਂ ਡੀਜ਼ਲ ਗੱਡੀਆਂ 'ਚ ਪੈਟਰੋਲ 'ਚ ਤੁਹਾਨੂੰ ਫਿਲਟਰ ਵਗੈਰਾ ਦੀ ਹਰ ਚੀਜ਼ ਦੀ ਮੈਂਟੇਨੈਂਸ ਆਉਂਦੀ ਹੈ, ਇਹਦੇ 'ਚ ਬਿਲਕੁਲ 0 ਮੈਂਟੇਨੈਂਸ ਹੈ ਜੀ। ਕਿੰਨਾ ਟਾਈਮ ਲੱਗਦਾ ਇਹਨੂੰ ਚਾਰਜ ਕਰਨ 'ਚ? ਇਹਨੂੰ ਅਗਰ ਚਾਰਜ ਕਰਦੇ ਹੈਗੇ ਜੀ ਸਿੰਪਲੀ 6.5 ਘੰਟੇ ਦੇ ਵਿੱਚ ਇਹ ਗੱਡੀ 0 to 100% ਚਾਰਜ ਹੋ ਜਾਏਗੀ ਜੀ। ਇਹਦੇ 'ਚ ਐਵਰੇਜ ਇਲੈਕਟ੍ਰਿਕ 'ਚ ਨਹੀਂ ਹੁੰਦੀ ਜੀ, 0 to 100 ਜੋ ਤੁਸੀਂ ਇੱਕ ਵਾਰੀ ਇਹਨੂੰ ਚਾਰਜ ਕਰ ਲਿਆ ਤਾਂ ਇਹਨੇ 456 ਕਿਲੋਮੀਟਰ 456 ਕਿਲੋਮੀਟਰ ਚੱਲਣਾ ਜੀ ਇੱਕ ਵਾਰੀ ਚਾਰਜ ਕੀਤੇ ਹੋਏ ਤੇ। ਅਤੇ ਅਗਰ ਤੁਸੀਂ ਵੈਸੇ ਹਿਸਾਬ ਨਾਲ ਜਾਓਗੇ ਤਾਂ ਅਪਰੋਕਸੀਮੇਟਲੀ ਤੁਹਾਨੂੰ 1 ਰੁਪਏ ਕਿਲੋਮੀਟਰ ਦੇ ਹਿਸਾਬ ਨਾਲ ਇਹ ਗੱਡੀ ਪੈ ਜਾਏਗੀ ਜੀ ਅਪਰੋਕਸੀਮੇਟਲੀ ਜੀ। ਮਤਲਬ ਪੈਟਰੋਲ ਤੇ ਡੀਜ਼ਲ ਨਾਲੋਂ ਸਸਤੀ ਪੈਂਦੀ? ਬਹੁਤ ਸਸਤੀ ਪੈਂਦੀ ਹੈ ਜੀ। ਤੁਸੀਂ ਫੁੱਲੀ ਇਲੈਕਟ੍ਰਿਕ ਹੈ? ਫੁੱਲੀ 100% ਇਲੈਕਟ੍ਰਿਕ ਵਹੀਕਲ ਹੈਗਾ ਜੀ ਇਹ। ਤੇ ਬਾਕੀਆਂ ਗੱਡੀਆਂ 'ਚ ਦੀ ਜੇ ਗੱਲ ਕੀਤੀ ਜਾਵੇ ਇਹ ਸਭ ਤੋਂ ਜ਼ਿਆਦਾ ਸਸਤੀ ਪੈ ਜਾਣੀ ਹੈ? ਬਿਲਕੁਲ ਜੀ, ਇਹ ਗੱਡੀ ਸਭ ਨਾਲੋਂ ਸਸਤੀ ਪੈਣੀ ਹੈ, ਅਤੇ ਮੇਨ ਦੂਸਰੀ ਗੱਲ ਹੈ ਜਿੰਨੀਆਂ ਮਾਰਕੀਟ ਦੇ ਵਿੱਚ ਗੱਡੀਆਂ ਨੇ ਅਵੇਲੇਬਲ ਨੇ ਕਿਸੇ ਵੀ ਕੰਪਨੀ ਦੀਆਂ ਅਵੇਲੇਬਲ ਨੇ, ਸਭ ਨਾਲੋਂ ਜ਼ਿਆਦਾ ਇਹ ਸੇਫ ਗੱਡੀ ਹੈਗੀ ਹੈ ਜੀ। ਤੁਹਾਡੇ ਲਈ ਸੇਫ ਆ, ਤੁਹਾਡੀ ਫੈਮਿਲੀ ਲਈ ਸੇਫ ਹੈ। ਇਹ ਗਲੋਬਲੀ ਐਨਕੈਪ 5-star ਰੇਟਿੰਗ ਵਾਲੀ ਗੱਡੀ ਹੈ ਜੀ ਜਿਹੜੀ ਹੈਗੀ ਹੈ ਜੀ, ਇਹ ਸਭ ਤੋਂ ਜ਼ਿਆਦਾ ਸੇਫ ਹੈ ਜੀ। ਇਹਦੇ 'ਚ ਅਲੋਏ ਵੀਲਸ ਤੋਂ ਲੈ ਕੇ ਤੁਹਾਨੂੰ ਇੰਟੀਰੀਅਰ ਵਿੱਚ ਦੇਖੋ, ਤੁਹਾਨੂੰ ਹਰ ਚੀਜ਼ ਪੁਸ਼ ਬਟਨ ਸਟਾਰਟ ਵਗੈਰਾ ਹਰ ਚੀਜ਼ ਨਾਲ ਮਿਲ ਰਹੀ ਹੈ ਜੀ। ਚਾਰਜਰ ਤੱਕ ਇੰਕਲੂਡਡ ਹੈ ਜੀ ਇਹਦੇ ਵਿੱਚ, ਅਸੀਂ ਤੁਹਾਨੂੰ ਚਾਰਜਰ ਦੇਵਾਂਗੇ। ਤੁਸੀਂ ਦੇਖਣਾ ਚਾਹੁੰਦੇ ਹੋ ਚਾਰਜਰ ਵੀ ਸਾਡੇ ਸ਼ੋਰੂਮ 'ਚੋਂ ਲੱਗਿਆ ਹੋਇਆ ਜੀ ਡਿਸਪਲੇ ਦੇ ਉੱਤੇ, ਇਹਦੇ ਨਾਲ ਦਾ ਤੁਹਾਨੂੰ ਚਾਰਜਰ ਨਾਲ ਮਿਲੇਗਾ ਜਿਹੜੇ ਤੁਹਾਡੇ ਘਰੇ ਕੰਪਨੀ ਹੀ ਇੰਸਟਾਲ ਕਰਕੇ ਦੇਵੇਗੀ ਤੁਹਾਨੂੰ ਪ੍ਰੋਪਰ। ਅਤੇ ਬੇਫਿਕਰ ਹੋ ਕੇ ਗੱਡੀ ਚਲਾ ਸਕਦੇ ਹੋ, ਤੁਹਾਨੂੰ ਕੋਈ ਟੈਨਸ਼ਨ ਨਹੀਂ, ਤੇਲ ਹੈ ਨਹੀਂ ਹੈ, ਤੇਲ ਮਿਲ ਰਿਹਾ ਨਹੀਂ ਮਿਲ ਰਿਹਾ, ਪੈਟਰੋਲ ਪੰਪ ਬੰਦ ਹੈ, ਤੁਹਾਨੂੰ ਕੋਈ ਟੈਨਸ਼ਨ ਨਹੀਂ, ਤੁਸੀਂ ਆਪਣਾ ਚਾਰਜ ਕਰੋ ਅਤੇ ਗੱਡੀ ਚਲਾਓ। ਹਾਂਜੀ, ਹੁਣ ਜਿੱਦਾਂ ਤੁਸੀਂ ਗੱਡੀ ਰੱਖਦੇ ਹੋ ਘਰੇ, ਡੇਲੀ ਚਲਾਉਂਦੇ ਹੋ, ਤੁਹਾਡੀ ਗੱਡੀ ਅਗਰ ਦਿਨ ਦੀ ਅਗਰ ਆਫਿਸ ਵਰਕ ਜਾਂ ਜੋਬ 'ਤੇ ਤੁਸੀਂ ਜਾਂਦੇ ਹੋ 20-30 ਕਿਲੋਮੀਟਰ 40 ਕਿਲੋਮੀਟਰ ਤੁਹਾਡੀ ਡੇਲੀ ਚੱਲਣੀ ਹੈ ਗੱਡੀ, ਤੁਹਾਨੂੰ 10 ਦਿਨ ਗੱਡੀ ਚਾਰਜ ਕਰਨ ਦੀ ਲੋੜ ਨਹੀਂ, ਤੁਸੀਂ 10 ਦਿਨ ਬਾਅਦ ਜਾ ਕੇ ਚਾਰਜ ਕਰੋਗੇ ਤਾਂ ਵੀ ਤੁਹਾਡੀ ਗੱਡੀ ਆਰਾਮ ਨਾਲ 1 ਹਫ਼ਤਾ 10 ਦਿਨ ਆਰਾਮ ਨਾਲ ਚੱਲੇਗੀ ਜੀ, ਕੋਈ ਦਿੱਕਤ ਨਹੀਂ ਹੈ। ਜਿਵੇਂ ਕਿ ਤੁਸੀਂ ਦੇਖਿਆ ਵੀ ਇਹ ਆਪਾਂ ਇਹਨਾਂ ਨਾਲ ਸੁਨੀਲ ਸ਼ਰਮਾ ਜੀ ਨਾਲ ਗੱਲਬਾਤ ਕਰਾਈਏ, ਜੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਗੱਡੀ, ਮੈਂ ਜ਼ਰੂਰ ਇੱਕ ਵਾਰ ਜ਼ਰੂਰ ਕਹਾਂਗੀ ਤੁਸੀਂ ਇੱਦਾਂ ਦੀ ਗੱਡੀ ਜ਼ਰੂਰ ਲਓ। ਜੇ ਗੱਡੀ ਦੀ ਗੱਲ ਕੀਤੀ ਜਾਵੇ, ਗੱਡੀ ਇੰਨੀ ਸਪੈਸ਼ਲ ਤਰੀਕੇ ਨਾਲ, ਇੰਨੀ ਐਡਵਾਂਸ ਤਰੀਕੇ ਨਾਲ ਬਣਾਈ ਗਈ ਹੈ ਕਿ ਤੁਹਾਨੂੰ ਕਦੇ ਵੀ ਕਿਤੇ ਵੀ ਪ੍ਰੋਬਲਮ ਨਹੀਂ ਆ ਸਕਦੀ। ਜੇ ਪੈਟਰੋਲ ਦੀ ਜਾਂ ਡੀਜ਼ਲ ਦੀ ਗੱਲ ਕੀਤੀ ਜਾਵੇ, ਇਹ ਫੁੱਲੀ ਆਟੋਮੈਟਿਕਲੀ ਗੱਡੀ ਹੈ, ਅਤੇ ਇੱਦਾਂ ਦੀ
अपडेट्स लिए देखते रहो तो सिटी हेडलाइन। मैं नेहा मलिक, कैमरा परसन करण कुमार नाल।